ਸਤਿ ਸ਼੍ਰੀ ਅਕਾਲ ਜੀ, ਤੁਸੀਂ ਅਜੀਤ ਵੈੱਬ ਟੀ ਵੀ ਦੇਖ ਰਹੇ ਹੋ। ਮੈਂ ਹਾਂ ਸਵਰਨ ਸਿੰਘ ਟਹਿਣਾ ਅਤੇ ਹਰ ਹਫ਼ਤੇ ਦੀ ਤਰ੍ਹਾਂ ਹੀ ਪ੍ਰੋਗਰਾਮ ਮਨੋਰੰਜਕ ਦੁਨੀਆ ਲੈ ਕੇ ਹਾਜ਼ਰ ਹਾਂ। ਬਾਲੀਵੁੱਡ ਦੇ ਵਿੱਚੋਂ ਪਿਛਲੇ ਹਫ਼ਤੇ ਇੱਕ ਦੁਖਦਾਈ ਖਬਰ ਆਈ ਹੈ, ਕਿਉਂਕਿ ਮਸ਼ਹੂਰ ਅਦਾਕਾਰ ਅਜੇ ਦੇਵਗਨ ਦੇ ਪਿਤਾ ਜੀ ਵੀਰੂ ਦੇਵਗਨ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਉਹਨਾਂ ਨੇ 80 ਤੋਂ ਵੱਧ ਹਿੰਦੀ ਫਿਲਮਾਂ ਦੇ ਵਿੱਚ ਜਾਂ ਹੋਰ ਭਾਸ਼ਾਵਾਂ ਦੀਆਂ ਫਿਲਮਾਂ ਦੇ ਵਿੱਚ ਬਤੌਰ ਸਟੰਟ ਡਾਇਰੈਕਟਰ ਦੇ ਤੌਰ 'ਤੇ ਕੰਮ ਕੀਤਾ ਸੀ ਅਤੇ ਉਹਨਾਂ ਦੀ ਬਾਲੀਵੁੱਡ ਦੇ ਖੇਤਰ ਦੇ ਵਿੱਚ ਬਹੁਤ ਗੂੜੀ ਪਛਾਣ ਸੀ। ਜ਼ਿੰਦਗੀ ਦੇ ਵਿੱਚ ਉਹਨਾਂ ਨੇ ਇਹ ਸੋਚਿਆ ਸੀ ਕਿ ਮੈਂ ਖੁਦ ਹੀਰੋ ਬਣਨਾ, ਖੁਦ ਨਾਇਕ ਬਣਨਾ ਹਿੰਦੀ ਫਿਲਮਾਂ ਦਾ, ਪਰ ਉਹ ਇਸ ਮਕਸਦ ਦੇ ਵਿੱਚ ਸਫਲ ਨਹੀਂ ਹੋ ਸਕੇ। ਉਹਨਾਂ ਨੇ ਆਪਣਾ ਇਹ ਮਕਸਦ ਬਾਅਦ ਦੇ ਵਿੱਚ ਆਪਣੇ ਪੁੱਤ ਅਜੇ ਦੇਵਗਨ ਦੇ ਰਾਹੀਂ ਪੂਰਾ ਕੀਤਾ। ਉਹ ਅਕਸਰ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਜੋ ਕੁਝ ਮੈਂ ਨਹੀਂ ਕਰ ਸਕਿਆ, ਮੈਂ ਆਪਣੇ ਪੁੱਤ ਦੇ ਰਾਹੀਂ ਉਹ ਕਰਨ ਦੀ ਕੋਸ਼ਿਸ਼ ਕੀਤੀ ਅਤੇ ਹੁਣ ਮੈਨੂੰ ਇਸ ਗੱਲ ਦੀ ਤਸੱਲੀ ਹੈ ਕਿ ਮੇਰਾ ਪੁੱਤ ਕਾਮਯਾਬ ਵੀ ਹੋਇਆ। ਵੀਰੂ ਦੇਵਗਨ ਦੇ ਵੱਲੋਂ ਬਹੁਤ ਵੱਡੇ ਵੱਡੇ ਕਲਾਕਾਰਾਂ ਦੇ ਨਾਲ ਕੰਮ ਕੀਤਾ ਗਿਆ, ਉਹਨਾਂ ਦੀ ਪੁਰਾਣੇ ਨਵੇਂ ਕਲਾਕਾਰਾਂ ਦੇ ਨਾਲ ਬਹੁਤ ਗੂੜੀ ਸਾਂਝ ਸੀ ਅਤੇ ਇਸੇ ਕਰਕੇ ਜਦੋਂ ਉਹਨਾਂ ਦੀ ਮੌਤ ਹੋਈ ਤਾਂ ਉਸ ਤੋਂ ਬਾਅਦ ਭਾਵੇਂ ਸ਼ਾਹਰੁਖ ਖਾਨ ਦੀ ਗੱਲ ਕਰੀਏ, ਅਮਿਤਾਭ ਬੱਚਨ ਦੀ ਗੱਲ ਕਰੀਏ ਜਾਂ ਹੋਰ ਬਹੁਤ ਵੱਡੇ ਕਲਾਕਾਰ ਨੇ ਜਿਹੜੇ, ਉਹ ਉਹਨਾਂ ਦੀ ਅੰਤਮ ਵਿਦਾਇਗੀ ਦੇ ਵਿੱਚ ਸ਼ਾਮਿਲ ਹੋਏ। ਇੱਥੇ ਵੀ ਦੱਸਣਾ ਬਣਦਾ ਕਿ ਵੀਰੂ ਦੇਵਗਨ ਦੇ ਵੱਲੋਂ ਆਪਣੇ ਪੁੱਤ ਦੇ ਲਈ ਫਿਲਮ ਦਾ ਨਿਰਦੇਸ਼ਨ ਵੀ ਕੀਤਾ ਗਿਆ ਸੀ, ਹਿੰਦੁਸਤਾਨ ਕੀ ਕਸਮ। ਇਸ ਫਿਲਮ ਦੇ ਵਿੱਚ ਅਮਿਤਾਭ ਬੱਚਨ ਅਤੇ ਅਜੇ ਦੇਵਗਨ ਦੋਵਾਂ ਨੇ ਕੰਮ ਕੀਤਾ ਸੀ। ਫਿਲਮ ਨੂੰ ਔਸਤ ਦਰਜੇ ਦਾ ਹੁੰਗਾਰਾ ਮਿਲਿਆ ਸੀ, ਪਰ ਜਿਵੇਂ ਅਸੀਂ ਅਕਸਰ ਇਹ ਗੱਲ ਕਹਿੰਦੇ ਹੁੰਦੇ ਹਾਂ ਕਿਸੇ ਵੀ ਸ਼ਖਸ ਦੇ ਤੁਰ ਜਾਣ ਤੋਂ ਬਾਅਦ ਕਿ ਇਸ ਦੁਨੀਆਂ ਦੇ ਵਿੱਚ ਸਦਾ ਕਿਸੇ ਨੇ ਬੈਠੇ ਨਹੀਂ ਰਹਿਣਾ, ਸਭ ਨੇ ਆਪੋ ਆਪਣੀ ਵਾਰੀ ਤੁਰ ਜਾਣਾ। ਪਰ ਜਿਸ ਤਰੀਕੇ ਦੇ ਨਾਲ ਵੀਰੂ ਦੇਵਗਨ ਦਾ ਹਿੰਦੀ ਫਿਲਮ ਸਨਅਤ ਦੇ ਵਿੱਚ ਯੋਗਦਾਨ ਸੀ, ਉਸ ਤੋਂ ਬਾਅਦ ਉਹਨਾਂ ਦੇ ਜਾਣ ਦਾ ਦੁੱਖ ਹੋਣਾ ਟੱਬਰ ਦੇ ਜੀਆਂ ਲਈ ਤਾਂ ਆਪਾਂ ਸਮਝ ਸਕਦੇ ਹਾਂ ਵੱਡਾ, ਪਰ ਬਾਲੀਵੁੱਡ ਦੇ ਲਈ ਮਾਇਆ ਨਗਰੀ ਵਾਸਤੇ ਵੀ ਇਹ ਦੁੱਖ ਛੋਟਾ ਨਹੀਂ ਹੈ। ਅਤੇ ਜੇਕਰ ਅਸੀਂ ਅਜੇ ਦੇਵਗਨ ਦੀ ਥਾਂ ਦੇ ਉੱਤੇ ਖੁਦ ਖੜ ਕੇ ਦੇਖੀਏ ਤਾਂ ਪਿਓ ਦੇ ਜਾਣ ਦਾ ਦੁੱਖ ਕਿੰਨਾ ਹੁੰਦਾ, ਇਹਦੇ ਬਾਬਤ ਕਿਸੇ ਨੂੰ ਕੁਝ ਕਹਿਣ ਦੀ, ਕਿਸੇ ਨੂੰ ਦੱਸਣ ਅਤੇ ਪੁੱਛਣ ਦੀ ਲੋੜ ਨਹੀਂ ਹੈ। ਬਾਲੀਵੁੱਡ ਦੇ ਵਿੱਚ ਬਹੁਤ ਸਾਰੇ ਕਲਾਕਾਰ ਇਹੋ ਜਿਹੇ ਆ ਜਿਨ੍ਹਾਂ ਨੇ ਬਹੁਤ ਵੱਡੇ ਵੱਡੇ ਤਜਰਬੇ ਕੀਤੇ ਆ। ਉਹ ਤਜਰਬੇ ਬੇਸ਼ੱਕ ਸਟੰਟ ਕਲਾਕਾਰ ਦੇ ਤੌਰ 'ਤੇ ਹੋਵੇ, ਬੇਸ਼ੱਕ ਉਹ ਰੋਮਾਂਟਿਕ ਆਪਣੀ ਇਮੇਜ ਆਪਣਾ ਅਕਸ ਬਣਾਉਣ ਵਾਲਾ ਹੋਵੇ, ਬੇਸ਼ੱਕ ਉਹਨਾਂ ਦੇ ਵੱਲੋਂ ਖਲਨਾਇਕ ਦੇ ਤੌਰ ਦੇ ਉੱਤੇ ਕੰਮ ਕਰਨ ਦੀ ਗੱਲ ਹੋਵੇ, ਬੇਸ਼ੱਕ ਚੌਕਲੇਟੀ ਨਾਇਕ ਦੇ ਤੌਰ ਦੇ ਉੱਤੇ ਅੱਗੇ ਆਉਣ ਵਾਲੀ ਗੱਲ ਹੋਵੇ, ਉਹਨਾਂ ਲੋਕਾਂ ਨੇ ਨਵੇਂ ਨਵੇਂ ਤਜਰਬੇ ਕੀਤੇ ਅਤੇ ਕਿਸੇ ਵੀ ਕੰਮ ਦੇ ਵਿੱਚ ਖੜੋਤ ਆ ਜਾਂਦੀ ਹੈ ਜੇਕਰ ਅਸੀਂ ਇੱਕੋ ਜਿਹੀ ਗੱਲ ਕਰਦੇ ਹਾਂ। ਜੇਕਰ ਅਸੀਂ ਲੀਹ ਪਾੜ ਕੇ ਕੁਝ ਲੀਹ ਤੋਂ ਵੱਖਰਾ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਦਰਸ਼ਕਾਂ ਨੂੰ ਵੀ ਚੰਗਾ ਲੱਗਦਾ। ਪਰ ਬਾਲੀਵੁੱਡ ਦੇ ਵਿੱਚ ਕਈ ਕਲਾਕਾਰ ਇਹੋ ਜਿਹੇ ਜਿਨ੍ਹਾਂ ਨੇ ਔਰਤਾਂ ਬਣ ਕੇ ਵੀ ਸਫਲਤਾ ਹਾਸਲ ਕੀਤੀ ਹੈ। ਉਦਾਂ ਉਹ ਮਰਦ ਹੈ, ਪਰ ਫਿਲਮੀ ਦੁਨੀਆ ਦੇ ਵਿੱਚ ਕਈ ਵਾਰ ਉਹਨਾਂ ਨੇ ਔਰਤਾਂ ਦਾ ਕਿਰਦਾਰ ਅਦਾ ਕੀਤਾ। ਵੱਡੇ ਵੱਡੇ ਕਲਾਕਾਰਾਂ ਨੇ ਇਹ ਕੰਮ ਕੀਤਾ, ਇਹਦੇ ਵਿੱਚ ਅਸੀਂ ਆਮਿਰ ਖਾਨ ਨੂੰ ਵੀ ਸ਼ਾਮਿਲ ਕਰ ਸਕਦੇ ਹਾਂ, ਉਹਨਾਂ ਨੇ ਵੀ ਔਰਤ ਦਾ ਕਿਰਦਾਰ ਨਿਭਾਇਆ। ਇਹਦੇ ਵਿੱਚ ਅਸੀਂ ਆਸ਼ੂਤੋਸ਼ ਰਾਣਾ ਨੂੰ, ਸਦਾ ਸ਼ਿਵ, ਅਮਰਾਪੁਰਕਰ ਹੋਰਾਂ ਨੂੰ, ਇਹਨਾਂ ਸਾਰਿਆਂ ਨੇ ਇਹ ਕਿਰਦਾਰ ਨਿਭਾਏ ਆ। ਇਹਦੇ ਵਿੱਚ ਅਸੀਂ ਗੋਵਿੰਦਾ ਨੂੰ ਵੀ ਸ਼ਾਮਿਲ ਕਰਦੇ ਹਾਂ, ਕਮਲ ਹਾਸਨ ਨੂੰ ਵੀ ਸ਼ਾਮਿਲ ਕਰਦੇ ਹਾਂ, ਅਕਸ਼ੇ ਕੁਮਾਰ ਨੂੰ ਵੀ ਸ਼ਾਮਿਲ ਕਰਦੇ ਹਾਂ, ਕਈ ਹੋਰ ਕਲਾਕਾਰ ਇਹੋ ਜਿਹੇ ਆ ਜਿਨ੍ਹਾਂ ਨੇ ਵੱਖ ਵੱਖ ਫਿਲਮਾਂ ਦੇ ਵਿੱਚ ਔਰਤਾਂ ਵਾਲੀ ਵੇਸ਼ਭੂਸ਼ਾ ਅਪਣਾ ਕੇ ਅਤੇ ਔਰਤ ਦੇ ਤੌਰ ਦੇ ਉੱਤੇ ਕਿਰਦਾਰ ਅਦਾ ਕੀਤਾ। ਹਾਲਾਂਕਿ ਉਹਨਾਂ ਦੇ ਲਈ ਇੱਕ ਬਹੁਤ ਵੱਡਾ ਰਿਸਕ ਸੀ, ਇੱਕ ਬਹੁਤ ਵੱਡੀ ਚੁਣੌਤੀ ਸੀ ਕਿ ਉਹਨਾਂ ਨੂੰ ਮਰਦ ਦੇ ਤੌਰ ਦੇ ਉੱਤੇ ਸਾਰੇ ਜਾਣਦੇ ਆ, ਪਰ ਜਦੋਂ ਗੁੱਤ ਕੀਤੀ ਹੋਵੇ ਜਾਂ ਬੁਆਏ ਕੱਟ ਕੀਤਾ ਹੋਵੇ, ਲੀੜੇ ਉਹੋ ਜਿਹੇ ਪਾਏ ਹੋਣ ਬਾਅਦ ਦੇ ਵਿੱਚ ਉਸ ਤਰੀਕੇ ਦੇ ਨਾਲ ਮੇਕਅਪ ਕਰਕੇ ਅਤੇ ਲੋਕਾਂ ਦੇ ਵਿੱਚ ਵਿਚਰਨਾ ਜਾਂ ਫਿਲਮ ਦੇ ਵਿੱਚ ਕੰਮ ਕਰਨਾ ਅਸਹਿਜ ਵੀ ਕਈ ਕਲਾਕਾਰਾਂ ਨੂੰ ਲੱਗਾ, ਪਰ ਉਹਨਾਂ ਨੇ ਜ਼ਿੰਦਗੀ 'ਚ ਇੱਕ ਨਵਾਂ ਤਜਰਬਾ ਕੀਤਾ। ਆਪਾਂ ਜਾਣਦੇ ਹਾਂ ਕਿ ਆਂਟੀ ਨੰਬਰ 1 ਫਿਲਮ ਕਿੰਨੀ ਵੱਡੀ ਕਾਮਯਾਬ ਹੋਈ ਸੀ। ਇਸ ਫਿਲਮ ਦੇ ਬਾਬਤ ਦੱਸਣ ਦੀ ਲੋੜ ਨਹੀਂ, ਕਿਉਂਕਿ ਗੋਵਿੰਦਾ ਔਰਤ ਦੇ ਤੌਰ ਦੇ ਉੱਤੇ ਛਾ ਗਿਆ ਸੀ ਉਸ ਵੇਲੇ। ਜੇ ਅਸੀਂ ਗੱਲ ਕਰਦੇ ਹਾਂ ਸੰਘਰਸ਼ ਫਿਲਮ ਦੀ, ਉਹਦੇ ਵਿੱਚ ਆਸ਼ੂਤੋਸ਼ ਰਾਣਾ ਦੇ ਵੱਲੋਂ ਕਿਵੇਂ ਕੰਮ ਕੀਤਾ ਗਿਆ ਆਪਾਂ ਇਹ ਵੀ ਜਾਣਦੇ ਹਾਂ। ਸਦਾ ਸ਼ਿਵ ਅਮਰਾਪੁਰਕਰ ਦੇ ਵੱਲੋਂ ਇੱਕ ਔਰਤ ਦੇ ਰੂਪ ਦੇ ਵਿੱਚ ਕਿਰਦਾਰ ਨਿਭਾਇਆ ਗਿਆ। ਪਰ ਹੁਣ ਇੱਕ ਹੋਰ ਫਿਲਮ ਆਉਣ ਵਾਲੀ ਹੈ ਜਿਹਦੇ ਬਾਬਤ ਇੱਕ ਪੋਸਟਰ ਜਾਰੀ ਹੋਇਆ, ਇਹਦਾ ਨਾਂ ਹੈ ਲਕਸ਼ਮੀ ਬੰਬ। ਇਸ ਫਿਲਮ ਦੇ ਵਿੱਚ ਅਕਸ਼ੇ ਕੁਮਾਰ ਦੇ ਵੱਲੋਂ ਅਦਾਕਾਰੀ ਕੀਤੀ ਗਈ ਹੈ ਅਤੇ ਜਿਹੜਾ ਪਹਿਲਾ ਪੋਸਟਰ ਅਕਸ਼ੇ ਕੁਮਾਰ ਦੇ ਵੱਲੋਂ ਲਕਸ਼ਮੀ ਬੰਬ ਦਾ ਜਾਰੀ ਕੀਤਾ ਗਿਆ, ਉਹਦੇ ਵਿੱਚ ਅਕਸ਼ੇ ਕੁਮਾਰ ਔਰਤ ਦੀ ਵੇਸ਼ਭੂਸ਼ਾ ਦੇ ਵਿੱਚ ਹੈ। ਹਾਲਾਂਕਿ ਇਹ ਵੀ ਪਤਾ ਲੱਗਾ ਕਿ ਜਿਹੜੇ ਇਸ ਫਿਲਮ ਦੇ ਨਾਲ ਜੁੜੇ ਹੋਏ ਕਈ ਲੋਕ ਹੈ ਉਹਨਾਂ ਨੇ ਨਾਰਾਜ਼ਗੀ ਜ਼ਾਹਰ ਕੀਤੀ ਹੈ ਕਿ ਸਾਡੀ ਆਗਿਆ ਤੋਂ ਬਿਨਾਂ ਤੁਸੀਂ ਕਿਹੜੀ ਗੱਲੋਂ ਇਹ ਸਾਰਾ ਕੁਝ ਕੀਤਾ, ਕਿਉਂ ਸੋਸ਼ਲ ਮੀਡੀਆ ਦੇ ਉੱਤੇ ਪੋਸਟਰ ਪਾਇਆ। ਪਰ ਇਸ ਤੋਂ ਪਹਿਲਾਂ ਖਿਲਾੜੀ ਫਿਲਮ ਦੇ ਵਿੱਚ ਵੀ ਇੱਕ ਗਾਣੇ ਦੇ ਵਿੱਚ ਅਤੇ ਕੁਝ ਕੁ ਦ੍ਰਿਸ਼ਾਂ ਦੇ ਵਿੱਚ ਅਕਸ਼ੇ ਕੁਮਾਰ ਨੇ ਔਰਤ ਦਾ ਕਿਰਦਾਰ ਅਦਾ ਕੀਤਾ ਸੀ ਅਤੇ ਲਕਸ਼ਮੀ ਬੰਬ ਦਾ ਜੋ ਪਹਿਲਾ ਪੋਸਟਰ ਆਇਆ ਉਹਦੇ ਮੁਤਾਬਕ ਇਹ ਦੇਖਣ ਨੂੰ ਮਿਲ ਰਿਹਾ ਕਿ ਅਕਸ਼ੇ ਕੁਮਾਰ ਇੱਕ ਵਾਰ ਫਿਰ ਔਰਤ ਦੇ ਰੂਪ ਦੇ ਵਿੱਚ ਨਜ਼ਰ ਆਏਗਾ। ਪਰ ਇਹ ਕੁਝ ਛੋਟੇ ਪਰਦੇ ਦੇ ਉੱਤੇ ਵੀ ਦੇਖਣ ਨੂੰ ਮਿਲ ਰਿਹਾ। ਆਪਾਂ ਜਾਣਦੇ ਕਿ ਕੀਕੂ ਸ਼ਾਰਦਾ ਵੱਲੋਂ ਕਪਿਲ ਸ਼ਰਮਾ ਦੇ ਸ਼ੋਅ ਦੇ ਵਿੱਚ ਔਰਤ ਦਾ ਕਿਰਦਾਰ ਨਿਭਾਇਆ ਜਾਂਦਾ ਰਿਹਾ। ਆਪਾਂ ਜਾਣਦੇ ਹਾਂ ਕਿ ਇਸ ਵਕਤ ਕ੍ਰਿਸ਼ਨਾ ਦੇ ਵੱਲੋਂ ਵੀ ਔਰਤ ਦਾ ਕਿਰਦਾਰ ਨਿਭਾਇਆ ਜਾ ਰਿਹਾ। ਕਈ ਹੋਰ ਕਲਾਕਾਰ ਜਿਨ੍ਹਾਂ ਦੇ ਵਿੱਚ ਅਸੀਂ ਕਪਿਲ ਸ਼ਰਮਾ ਦੇ ਜੋ ਸਾਬਕਾ ਮਿੱਤਰ ਕਹਿ ਸਕਦੇ ਹਾਂ ਸੁਨੀਲ ਗਰੋਵਰ, ਉਹਨਾਂ ਦੇ ਵੱਲੋਂ ਵੀ ਔਰਤ ਦਾ ਕਿਰਦਾਰ ਗੁੱਥੀ ਦਾ ਕਿਰਦਾਰ ਨਿਭਾ ਕੇ ਬੜੀ ਪਛਾਣ ਖੱਟੀ ਗਈ। ਯਾਨੀ ਕਿ ਭਾਵੇਂ ਮਰਦ ਆ ਪਰ ਔਰਤਾਂ ਦੇ ਕਿਰਦਾਰ ਦੇ ਰੂਪ ਦੇ ਵਿੱਚ ਅੱਗੇ ਆ ਕੇ ਉਹਨਾਂ ਨੇ ਆਪਣੀ ਪ੍ਰਤਿਭਾ ਦਾ ਲੋਹਾ ਵੀ ਮਨਵਾਇਆ ਅਤੇ ਲੋਕਾਂ ਦੇ ਵਿੱਚ ਜਾਣ
ਦੀਦਾਰ ਸੰਧੂ ਦੀ ਗੱਲ ਕਰ ਲਵੋ, ਹਰਚਰਨ ਗਰੇਵਾਲ ਦੀ ਗੱਲ ਕਰ ਲਵੋ, ਕੁਲਦੀਪ ਮਾਣਕ, ਮੁਹੰਮਦ ਸਦੀਕ ਜਾਂ ਹੋਰ ਜਿਹੜੇ ਪੁਰਾਣੇ ਕਲਾਕਾਰ ਆ, ਉਹਨਾਂ ਦੀ ਚੜ੍ਹਤ ਘੱਟ ਨਹੀਂ ਸੀ, ਪਰ ਉਦੋਂ ਉਹਨਾਂ ਨੇ ਕਦੇ ਬਾਊਂਸਰ ਨਹੀਂ ਸੀ ਰੱਖੇ, ਉਹਨਾਂ ਨੂੰ ਸੁਰੱਖਿਆ ਕਰਮਚਾਰੀਆਂ ਦੀ ਲੋੜ ਨਹੀਂ ਸੀ ਪੈਂਦੀ। ਉਹਨਾਂ ਨੂੰ ਚਾਅ ਚੜ੍ਹ ਜਾਂਦਾ ਸੀ ਕਿ ਲੋਕ ਸਾਨੂੰ ਦੇਖਣ ਆਏ ਆ, ਲੋਕ ਸਾਡੇ ਨਾਲ ਫੋਟੋ ਖਿਚਾਉਣੀ ਚਾਹੁੰਦੇ ਆ। ਜਿੱਥੇ ਅਖਾੜਾ ਲੱਗਦਾ ਸੀ ਉੱਥੇ 20-20 ਪਿੰਡਾਂ ਦੇ ਲੋਕ ਗੱਡਿਆਂ ਦੇ ਉੱਤੇ ਆ ਜਾਂਦੇ ਸੀ, ਖੜ੍ਹੇ ਹੋ ਜਾਂਦੇ ਸੀ। ਕਲਾਕਾਰ ਦੇ ਲਈ ਇਹ ਸਾਰਾ ਕੁਝ ਊਰਜਾ ਪ੍ਰਦਾਨ ਕਰਨ ਵਾਲਾ ਹੁੰਦਾ ਸੀ, ਪਰ ਨਵੇਂ ਦੌਰ ਦੇ ਵਿੱਚ ਨਵੇਂ ਗੁੱਡੀਆਂ ਪਟੋਲੇ, ਅੱਜ ਦੇ ਕਲਾਕਾਰਾਂ ਦਾ ਵੱਡਾ ਹਿੱਸਾ ਇਸ ਗੱਲ ਦੇ ਉੱਤੇ ਅਸਹਿਜ ਮਹਿਸੂਸ ਕਰਦਾ ਵੀ ਜੇਕਰ ਫੋਟੋਆਂ ਖਿਚਵਾਉਣ ਵਾਲੇ ਵੱਧ ਜਾਣੇ ਆ ਜਾਣ, ਜੇਕਰ ਲੋਕ ਇਹ ਗੱਲ ਕਹਿਣ ਸਾਨੂੰ ਆਟੋਗ੍ਰਾਫ ਦੇ ਦਿਓ। ਕਲਾਕਾਰ ਥੋੜ੍ਹੀ ਕੁ ਦੇਰ ਤੱਕ ਤਾਂ ਸਹਿਜ ਮਹਿਸੂਸ ਕਰਦੇ, ਬਾਅਦ ਦੇ ਵਿੱਚ ਛੇਤੀ ਤੱਤੇ ਭਾਰੇ ਹੋ ਜਾਂਦੇ ਆ। ਇਸੇ ਕਰਕੇ ਲੋਕਾਂ ਤੋਂ ਦੂਰੀ ਬਣਾਈ ਰੱਖਣ ਦੇ ਲਈ ਅਤੇ ਖੁਦ ਦੀ ਸੁਰੱਖਿਆ ਕਰਨ ਦੇ ਲਈ ਬਾਊਂਸਰਾਂ ਦਾ ਸਹਾਰਾ ਲਿਆ ਜਾਂਦਾ, ਪਰ ਬਾਊਂਸਰਾਂ ਦੇ ਵੱਲੋਂ ਕਈ ਵਾਰ ਨਵੇਂ ਚੰਦ ਵੀ ਚਾੜੇ ਜਾਂਦੇ ਆ। ਕਈ ਵਾਰ ਕਈ ਕਲਾਕਾਰਾਂ ਨੂੰ ਬਾਊਂਸਰਾਂ ਦੇ ਕਰਕੇ ਹੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਪਿਛਲੇ ਦਿਨੀ ਗੁਰਨਾਮ ਭੁੱਲਰ ਦੇ ਨਾਲ ਸੰਬੰਧਿਤ ਇੱਕ ਵੀਡੀਓ ਵਾਇਰਲ ਹੋਈ ਜਿਹਦੇ ਵਿੱਚ ਕੁਝ ਕੁ ਲੋਕ ਅਪਸ਼ਬਦ ਵਰਤ ਰਹੇ ਆ ਅਤੇ ਉੱਥੋਂ ਬਚਾ ਕੇ ਗੁਰਨਾਮ ਭੁੱਲਰ ਨੂੰ ਬਾਊਂਸਰ ਆ ਜਿਹੜੇ ਉਹ ਬਾਹਰ ਲੈ ਕੇ ਆ ਰਹੇ ਆ। ਇਸ ਤੋਂ ਪਹਿਲਾਂ ਵੀ ਕਈ ਕਲਾਕਾਰਾਂ ਨਾਲ ਇਹ ਸਭ ਕੁਝ ਹੋਇਆ, ਪਰ ਸਾਡਾ ਇਹ ਖਿਆਲ ਆ ਕਿ ਜੇਕਰ ਕਲਾਕਾਰਾਂ ਦੇ ਵੱਲੋਂ ਮੁਹੱਬਤ ਦੇ ਨਾਲ ਪੇਸ਼ ਆਇਆ ਜਾਵੇ, ਹਾਲਾਂਕਿ ਸਾਰੇ ਲੋਕ ਕੁਝ ਨਹੀਂ ਹੁੰਦੇ, ਕੁਝ ਲੋਕ ਇਹੋ ਜਿਹੇ ਵੀ ਹੁੰਦੇ ਜਿਹੜੇ ਹੁੜਦੰਗ ਬਚਾਉਂਦੇ ਆ, ਜਿਹੜੇ ਘਰੋਂ ਇਹ ਗੱਲ ਧਾ ਕੇ ਆਏ ਹੁੰਦੇ ਕਿ ਅੱਜ ਅਸੀਂ ਖਲਲ ਪੈਦਾ ਕਰਨਾ, ਜਿਹੜੇ ਸੋਚ ਕੇ ਆਏ ਹੁੰਦੇ ਕਿ ਅੱਜ ਅਸੀਂ ਪ੍ਰੋਗਰਾਮ ਨੂੰ ਖਰਾਬ ਕਰਨਾ। ਉਹ ਆਪਣੀ ਪਛਾਣ ਲੁਕੀ ਨਹੀਂ ਰਹਿਣ ਦੇਣਾ ਚਾਹੁੰਦੇ, ਉਹ ਮੂਰਖਮਤੀ ਦੀ ਉਦਾਹਰਨ ਪੇਸ਼ ਕਰਦੇ, ਪਰ ਸਾਰੇ ਕੁਝ ਨਹੀਂ ਹੁੰਦੇ। 80% ਲੋਕ ਆ ਜਿਹੜੇ ਉਹ ਕਲਾਕਾਰ ਨੂੰ ਮੁਹੱਬਤ ਕਰਦੇ ਹੁੰਦੇ ਆ, ਪਰ 20% ਦੇ ਵੱਲੋਂ ਕਈ ਵਾਰ ਅਣਸੁਖਾਵੇਂ ਹਾਲਾਤ ਪੈਦਾ ਕੀਤੇ ਜਾਂਦੇ ਆ, ਪਰ ਫਿਰ ਵੀ ਜੇਕਰ ਕਲਾਕਾਰ ਦੇ ਕੋਲ ਮੈਨੇਜ ਕਰਨ ਦਾ ਵੱਲ ਹੋਵੇ, ਤਰੀਕਾ ਹੋਵੇ, ਤਾਂ ਉਹ ਬਾਊਂਸਰਾਂ ਦੀ ਥਾਂ ਦੇ ਉੱਤੇ ਮੁਹੱਬਤ ਦੇ ਨਾਲ ਹੀ ਸਭ ਨੂੰ ਆਪਣੇ ਕਾਬੂ ਦੇ ਵਿੱਚ ਕਰ ਸਕਦਾ ਹੈ, ਕਿਉਂਕਿ ਆਪਣੇ ਆਪ ਦੇ ਉੱਤੇ ਮਾਣ ਹੋਣਾ ਵੱਖਰੀ ਗੱਲ ਹੈ। ਅਤੇ ਜੇਕਰ ਤੁਸੀਂ ਸੁਰੱਖਿਆ ਕਰਮਚਾਰੀਆਂ ਦੇ ਘੇਰੇ ਦੇ ਵਿੱਚ ਰਹਿੰਦੇ ਆ, ਤਾਂ ਲੋਕਾਂ ਦੇ ਮਨਾਂ ਵਿੱਚ ਇਹ ਗੱਲ ਜ਼ਰੂਰ ਪੈਦਾ ਹੁੰਦੀ ਹੈ ਕਿ ਕੱਲ੍ਹ ਤੱਕ ਤੁਸੀਂ ਇਸ ਗੱਲ ਦੀ ਪਛਾਣ ਦੇ ਲਈ, ਆਪਣੀ ਦੇ ਲਈ ਲੇਲੜੀਆਂ ਕੱਢਦੇ ਹੋ, ਅਤੇ ਜਦੋਂ ਤੁਹਾਡੀ ਪਛਾਣ ਬਣ ਜਾਂਦੀ ਹੈ ਫਿਰ ਤੁਸੀਂ ਕਹਿੰਦੇ ਸਾਡੇ ਉੱਤੇ ਕੋਈ ਖਤਰਾ ਪੈਦਾ ਹੋ ਜਾਣਾ, ਸਾਨੂੰ ਬਾਊਂਸਰਾਂ ਦੀ ਲੋੜ ਹੈ। ਪੰਜਾਬੀ ਫਿਲਮਾਂ ਲਗਾਤਾਰ ਬਣਨ, ਰਿਲੀਜ਼ ਹੋਣ, ਸੁਪਰ ਹਿੱਟ ਹੋਣ, ਇਸ ਗੱਲ ਦੀ ਅਸੀਂ ਹਮੇਸ਼ਾ ਕਾਮਨਾ ਕਰਦੇ ਹਾਂ। 5 ਜੂਨ ਨੂੰ ਇੱਕ ਨਵੀਂ ਪੰਜਾਬੀ ਫਿਲਮ ਆਉਣ ਜਾ ਰਹੀ ਹੈ ਜਿਸ ਦਾ ਨਾਂ ਹੈ ਲਾਈਏ ਜੇ ਯਾਰੀਆਂ। ਅਮਰਿੰਦਰ ਗਿੱਲ ਦੀ ਜਦੋਂ ਵੀ ਫਿਲਮ ਆਉਣੀ ਹੁੰਦੀ ਹੈ ਦਰਸ਼ਕਾਂ ਦੇ ਵਿੱਚ ਉਤਸੁਕਤਾ ਵੱਧ ਜਾਂਦੀ ਹੈ। ਗੱਲ ਬੇਸ਼ੱਕ ਅੰਗਰੇਜ਼ ਦੀ ਕਰ ਲਵੋ, ਗੱਲ ਬੇਸ਼ੱਕ ਕਿਸੇ ਵੀ ਹੋਰ ਫਿਲਮ ਦੀ ਕਰ ਲਵੋ, ਅਸ਼ਕੇ ਦੀ ਕਰੋ, ਲਵ ਪੰਜਾਬ ਦੀ ਕਰੋ, ਅਮਰਿੰਦਰ ਗਿੱਲ ਨੇ ਇਹ ਭਰੋਸਾ ਪੈਦਾ ਕਰ ਦਿੱਤਾ ਕਿ ਸਾਡੀ ਫਿਲਮ ਮਾੜੀ ਨਹੀਂ ਹੋਣੀ। ਰਿਦਮ ਬੋਇਸ ਦਾ ਬੈਨਰ ਹੋਵੇ, ਅਮਰਿੰਦਰ ਗਿੱਲ ਦੀ ਅਦਾਕਾਰੀ ਹੋਵੇ ਤਾਂ ਫਿਲਮ ਦੇ ਚੱਲਣ ਦੀ ਸੰਭਾਵਨਾ ਬਹੁਤ ਵੱਡੀ ਹੋ ਜਾਂਦੀ ਹੈ। ਹੁਣ ਰਿਦਮ ਬੋਆਏ ਦਾ ਬੈਨਰ ਹੈ ਅਤੇ ਅਮਰਿੰਦਰ ਗਿੱਲ ਦੀ ਅਦਾਕਾਰੀ ਹੈ ਅਤੇ ਲਾਈਏ ਜੇ ਯਾਰੀਆਂ 5 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਆਮ ਤੌਰ ਦੇ ਉੱਤੇ ਫਿਲਮਾਂ ਸ਼ੁੱਕਰਵਾਰ ਰਿਲੀਜ਼ ਹੁੰਦੀਆਂ, ਪਰ ਇਹ ਫਿਲਮ ਬੁੱਧਵਾਰ ਨੂੰ ਰਿਲੀਜ਼ ਹੋਣ ਲੱਗੀ ਹੈ। ਇਹਦੇ ਪਿੱਛੇ ਵਜ੍ਹਾ ਇਹ ਹੈ ਕਿ ਬੁੱਧਵਾਰ ਨੂੰ ਯਾਨੀ ਕਿ 5 ਜੂਨ ਨੂੰ ਹਿੰਦੀ ਫਿਲਮ ਸਲਮਾਨ ਖਾਨ ਦੀ ਭਾਰਤ ਰਿਲੀਜ਼ ਹੋਣ ਲੱਗੀ ਹੈ। ਉਹਦੇ ਮੁਕਾਬਲੇ ਪੰਜਾਬੀ ਫਿਲਮ ਲਾਈਏ ਜੇ ਯਾਰੀਆਂ ਰਿਲੀਜ਼ ਕੀਤੀ ਜਾ ਰਹੀ ਹੈ ਤਾਂ ਜੋ ਦਰਸ਼ਕਾਂ ਦੇ ਵਿੱਚ ਇਹ ਸੁਨੇਹਾ ਜਾ ਸਕੇ ਕਿ ਜੇਕਰ ਪੰਜਾਬੀ ਸਿਨੇਮਾ ਬਹੁਤ ਵੱਡਾ ਹੋ ਚੁੱਕਿਆ ਤਾਂ ਫਿਰ ਅਸੀਂ ਹਿੰਦੀ ਫਿਲਮਾਂ ਤੋਂ ਡਰਨਾ ਵੀ ਕਿਹੜੀ ਗੱਲੋਂ ਆ। ਇੱਥੋਂ ਦੂਜਾ ਸੰਕੇਤ ਇਹ ਮਿਲਦਾ ਕਿ ਫਿਲਮ ਚੰਗੀ ਬਣੀ ਹੋਣੀ ਹੈ। ਇਸੇ ਉਤਸ਼ਾਹ ਦੇ ਵਿੱਚ ਇਸੇ ਭਰੋਸੇ ਦੇ ਕਰਕੇ ਹੀ ਇੱਕ ਇੰਨੀ ਵੱਡੀ ਹਿੰਦੀ ਫਿਲਮ ਦੇ ਬਰਾਬਰ ਅਮਰਿੰਦਰ ਗਿੱਲ ਦੀ ਫਿਲਮ ਰਿਲੀਜ਼ ਕੀਤੀ ਜਾ ਰਹੀ ਹੈ। 7 ਜੂਨ ਨੂੰ ਇਹ ਫਿਲਮ ਵਿਦੇਸ਼ਾਂ ਦੇ ਵਿੱਚ ਰਿਲੀਜ਼ ਹੋਣੀ ਹੈ। ਇਸ ਫਿਲਮ ਦੇ ਵਿੱਚ ਹਰੀਸ਼ ਵਰਮਾ ਨੇ ਅਤੇ ਰੂਪੀ ਗਿੱਲ ਨੇ, ਰਬੀਨਾ ਬਾਜਵਾ ਨੇ, ਪ੍ਰਕਾਸ਼ ਗਾਧੂ ਨੇ, ਅਮਰਦੀਪ ਸਿੰਘ ਨੇ ਅਦਾਕਾਰੀ ਕੀਤੀ ਹੈ। ਇਸ ਫਿਲਮ ਨੂੰ ਨਿਰਦੇਸ਼ਨ ਦਿੱਤਾ ਹੈ ਸੁੱਖ ਸੰਘੇੜਾ ਨੇ। ਅਮਰਿੰਦਰ ਗਿੱਲ, ਕਾਰਜ ਗਿੱਲ ਅਤੇ ਸਮੁੱਚੀ ਟੀਮ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ, ਇਹ ਫਿਲਮ ਆਪ ਬਿਆਨ ਕਰੇਗੀ ਕਿ ਅਸੀਂ ਕਿਹੋ ਜਿਹਾ ਕੰਮ ਕੀਤਾ। ਦਰਸ਼ਕ ਸੰਤੁਸ਼ਟ ਹਨ ਜਾਂ ਅਸੰਤੁਸ਼ਟ, ਇਹਦੇ ਬਾਬਤ ਦਰਸ਼ਕ ਖੁਦ ਦੱਸਣਗੇ, ਅਸੀਂ ਇਹਦੇ ਬਾਬਤ ਕੁਝ ਨਹੀਂ ਦੱਸਣਾ। ਪਰ ਹੁਣ ਤੱਕ ਜੋ ਸੋਸ਼ਲ ਮੀਡੀਆ ਦੇ ਉੱਤੇ ਪ੍ਰਤੀਕਿਰਿਆ ਆ ਰਹੀ ਹੈ ਉਹ ਹਾਂਦਰੂ ਹੁੰਗਾਰੇ ਵਾਲੀ ਹੈ। ਜਦੋਂ ਤੋਂ ਟ੍ਰੇਲਰ ਜਾਰੀ ਹੋਇਆ, ਜਦੋਂ ਤੋਂ ਗੀਤ ਆਉਣੇ ਸ਼ੁਰੂ ਹੋਏ ਆ, ਦਰਸ਼ਕਾਂ ਦੇ ਵੱਡੇ ਹਿੱਸੇ ਦੇ ਵਿੱਚ ਲਾਈਏ ਜੇ ਯਾਰੀਆਂ ਦੇ ਪ੍ਰਤੀ ਉਤਸੁਕਤਾ ਨਜ਼ਰ ਆ ਰਹੀ ਹੈ। ਹੁਣ ਤਾਂ ਦੋਸਤੋ ਆ ਗਿਆ, ਅਗਲੇ ਹਫ਼ਤੇ ਕੁਝ ਹੋਰ ਖਬਰਾਂ ਲੈ ਕੇ ਮਨੋਰੰਜਕ ਦੁਨੀਆ ਦੇ ਤਹਿਤ ਹਾਜ਼ਰ ਹੋਵਾਂਗੇ। ਬਹੁਤ ਬਹੁਤ ਮਿਹਰਬਾਨੀ।